ਜੋ ਹੁਣ ਇੱਕ ਛੋਟਾ ਜਿਹਾ ਰੈਪਿਡ ਫਾਇਰ ਖੇਡਦਾ ਰੈਪਿਡ ਫਾਇਰ ਤੋਂ ਮੈਨੂੰ ਕੁਝ ਯਾਦ ਆ ਗਿਆ ਤੁਸੀਂ ਨਾ ਸੋਨਮ ਉਹਨਾਂ ਦੀ ਸ਼ੋਅ ਚ ਇੱਕ ਰੈਪਿਡ ਫਾਇਰ ਖੇਡਿਆ ਸੀ ਉਸ ਤੋਂ ਬਾਅਦ ਤੁਸੀਂ ਏਪੀਟੀ ਉਹਨਾਂ ਦਾ ਨਾਮ ਲੈ ਲਿਆ ਹੈ ਨਾ ਔਰ ਉਸ ਤੋਂ ਬਾਅਦ ਤੇ YouTube ਤੇ ਵੀ ਇਵਨ ਇਹ ਸਰਚ ਮਤਲਬ ਦੇ ਦੇ ਕਿ ਹਾਂ ਤਾਨਿਆ ਵਾਂਸ ਡੇਡੀ ਏਪੀ ਟੈਲੋ ਐਨੀ ਚੀਜ਼ ਹੈ ਨਾ ਸੋ ਉਹ ਕਦੀ ਦਿਮਾਗ ਚ ਆਇਆ ਯਾਰ ਮੈਂ ਕਿਉਂ ਆਨਸਰ ਦਿੰਦਾ ਸੀ ਇਹ ਵਾਲਾ ਤੇ ਕਿਉਂ ਮਤਲਬ ਇਦਾਂ ਇਹ ਚੀਜ਼ਾਂ ਬਣ ਗਈਆਂ ਨਹੀਂ ਦੈਨ ਹੀ ਹੀ ਇਜ਼ ਗੋਇੰਗ ਸੋ ਗੁੱਡ ਨਾਊ ਆਈ ਥਿੰਕ ਆਈ ਵਾਸ ਅ ਲੱਕੀ ਸ਼ਾਮ ਐਟ ਦੈਟ ਪੁਆਇੰਟ ਨਹੀਂ ਬਿਲਕੁਲ ਹੈ ਅੱਛਾ ਕਨਸਰਟਸ ਹੋਏ ਹੋਣੇ ਪੀ ਦੇ ਗਏ ਟਾਈਮ ਮਿਲਿਆ ਤੁਹਾਨੂੰ ਕਿ ਤੁਸੀਂ ਕੋਈ ਅਟੈਂਡ ਕਰੋ ਨਹੀਂ ਨਹੀਂ ਮਿਲੇ ਓਕੇ ਕਿਉਂਕਿ ਬਹੁਤ ਸਾਰੇ ਇਵਨ ਬਾਲੀਵੁੱਡ ਦੇ ਇੱਕ ਅੱਛੀ ਚੀਜ਼ ਹੈ ਸਾਡੇ ਲਈ ਕਿ ਪੰਜਾਬ ਤੋਂ ਕੋਈ ਆਰਟਿਸਟ ਹੈ ਹਨਾ ਉਹਨਾਂ ਦੇ ਬਾਲੀਵੁੱਡ ਵਾਲੇ ਸਪੈਸ਼ਲ ਆ ਰਹੇ ਉਹਨਾਂ ਦੇ ਕਨਸਰਟਸ ਦੇਖਣ ਸੋ ਵਧੀਆ ਗੱਲ ਹੈ ਸੋ ਵੀ ਹੋਪ ਕਿ ਕਦੀ ਤੁਹਾਨੂੰ ਟਾਈਮ ਮਿਲੇਗਾ ਕਿ ਤੇਰੇ ਲਈਗਾ ਟਾਈਮ ਤੇ ਤੁਸੀਂ ਵੀ ਜ਼ਰੂਰ ਸੇਮ ਜਗ੍ਹਾ ਤੇ ਪਰਫਾਰਮ ਕਰੋ ਨਾ ਕਿ ਸਿਰਫ ਦੇਖਣ ਜਾਓ ਯਾ ਲੈਟਸ ਸੀ ਹੋਪ ਫॉर द ਬੈਸਟ ਮੋਰ ਆਫ ਅ ਵੇਅਰ ਏਵਰ ਥੇਰ ਇਸ ਟੈਲੈਂਟ ਉਹ ਪਛਾਣਿਆ ਹੀ ਜਾਏਗਾ ਉਹ ਪਛਾਣਿਆ ਸੋ ਇਟਸ ਸੋ ਗੁੱਡ ਟੂ ਨੋ ਥੈਟ ਬਾਲੀਵੁੱਡ ਸਾਰਾ ਪੰਜਾਬੀ ਬੀਟਸ ਤੇ ਨੱਚ ਰਿਹਾ ਹੈ ਸੋ ਵਾਟ ਐਲਸ ਵੀ ਨੀਡ ਵੀ ਆਰ ਵੇਅਰ ਹੈਡ ओके सो एक छोटी जी गेम है ओके सो जेना आर्टिस्ट ਦੇ ਨਾਲ ਚਾਹੇ ਉਹ ਫੀਮੇਲ ਹੈ ਚਾਹੇ ਮੇਲ ਹੈ ਤੁਸੀਂ ਜਿਨ੍ਹਾਂ ਨਾਲ ਹੁਣ ਤੱਕ ਕੰਮ ਕੀਤਾ ਉਹਨਾਂ ਬਾਰੇ ਕੁਝ ਉਹਨਾਂ ਦੀ ਖਾਸੀਅਤ ਦਸਨੀਏ ਜਾਂ ਫਿਰ ਮਤਲਬ ਉਹ ਕਿਸ ਚੀਜ਼ ਦੇ ਵਿੱਚ ਗੁੱਡ ਨੇ ਜਾਂ ਕਿਸ ਚੀਜ਼ ਨੂੰ ਉਹ ਬਹੁਤ ਵਧੀਆ ਤਰੀਕੇ ਨਾਲ ਮਤਲਬ ਕਰਦੇ ਨੇ ਉਹ ਤੁਸੀਂ ਦੱਸਣਾ ਹੈ ਓਕੇ ਸੋ ਮੈਂ ਸੋਨਮ ਬਾਜਵਾ ਤੋਂ ਸਟਾਰਟ ਕਰੂੰਗੀ ਸੋਨਮ ਬਾਜਵਾ ਪਰਫੈਕਸ਼ਨਿਸਟ ਹਮਮ ਐ ਮਾਈ ਵਰਕ ਆ ਆ ਵੈਰੀ ਗੁੱਡ ਫਰੈਂਡ ਓਕੇ ਮਨਿੰਦਰ ਬੁੱਟਰ ਮਸਤ ਮਾਲਾ ਓਕੇ ਕਰਨ ਆਚਲਾ ਕਰਨ ਨਾਲ ਮੈਂ ਆਈ ਥਿੰਕ ਇੱਕੋ ਦਿਨ ਸ਼ੂਟ ਕੀਤਾ ਸੋ ਆ ਡੋਨਟ ਨੋ ਹਿਮ ਮੱਚ ਬਟ ਆ ਨੋ ਹੀ ਇਜ਼ ਵੈਰੀ ਸੀਰੀਅਸ ਵਿਦ ਹਿਸ ਵਰਕ ਓਕੇ ਸੋ ਗੁਰਨਾਮ ਪੁਲੜ gnamaler chilled out she's loud de bilkul sargun mehta onan ave i think mai kaafi time spend kita hai but she is also concerned with her work okay so gurpreet kuggi for me he played a fatherly figure mm -hmm. so mai aj bhi onan nu oh hi vekhni ha okay yeah because at that time oh mere father the role kar rahe se so i still look him the way neemal rishi ji she is i mean for me she is a role model very patient lady, so hard working, and uh, she will not let you feel like you are not her daughter. She mm -hmm. is and she's at this point of her stage, jitha, patients but she's still calm. and to me, she's a role jagdeep mm siddhu. -hmm. Um, he is specific to his work. he's very clear with his vision. And he's still a pure soul existing on this earth. Okay, so last is Gugu Gilji. Gugu Gilji, when uh, he <laughs> still everybody stands like this. <laughs> because yeah, he's like this, and then he'll come and then short he will go like this. Oh my God. <laughs> and we still look at Gugu, sir, and everybody looks at him and is like, uh, he holds charisma. Hmm. ਉਕਿਸੋ ਇਹ ਰੈਪਿਡ ਫਾਇਰ ਇੱਥੇ ਖਤਮ ਹੋਦਾ। थैंक यू सो मच। ਇੰਨੇ ਕੁਇਕ ਆਨਸਰ ਤੁਸੀਂ ਦਿੱਤੇ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ। YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।